ਕਰਕੇ ਕੋਈ ਆਂਦਾ ਆ ਉਹਨੂੰ ਸਿੱੜ ਦਿੰਦੀ ਆ ਚਾਹੇ ਹਾਥੀ ਵੀ ਆ ਜਾਵੇ ਟ੍ਰੇਨ ਉਹਨੂੰ ਚੱਕ ਕੇ ਸਿੱੜ ਦਿੰਦੀ ਆ ਲੇਕਿਨ ਕੀ ਹੁੰਦਾ ਆ ਜਦੋਂ ਟ੍ਰੇਨ ਦੀ ਜਿਹੜੀ ਟ੍ਰੇਨ ਆ ਪਟਰੀ ਤੋਂ ਉੱਤਰ ਜਾਵੇ ਨਾ ਉਹ ਚੱਲ ਸਕਦੀ ਆ ਤੇ ਉਹ ਆਪਣੇ ਆਪ ਤੇ ਕਮਾਂਡ ਕਰੇ ਵੀ ਮੈਂ ਤਾਂ ਟ੍ਰੇਨ ਆ ਵੀ ਮੈਂ ਹਾਥੀ ਨੂੰ ਸਿੱੜ ਦੂੰਗੀ ਫਿਰ ਕੀ ਹੋਊਗਾ ਹਾਥੀ ਉਹਨੂੰ ਸਿੱੜ ਦੂਗਾ ਹਾਥੀ ਕੀ ਆ ਇਹ ਮੁਸੀਬਤਾਂ ਪਰੇਸ਼ਾਨੀਆਂ ਹਾਥੀ ਆ ਜੰਗਲੀ ਜਾਨਵਰ ਨੇ ਜਿਹੜੇ ਟ੍ਰੇਨ ਦੇ ਵਿੱਚ ਆ ਕੇ ਲੋਕਾਂ ਨੂੰ ਖਾ ਜਾਣਗੇ ਜੇ ਤੁਸੀਂ ਖੁਦਾ ਦੇ ਵਿੱਚ ਚੱਲਣਾ ਚਾਹੁੰਦੇ ਹੋ ਜੇ ਉਜਾੜੂ ਪੁੱਤਰ ਨੇ ਤੌਬਾ ਕੀਤੀ ਤੇ ਸਾਨੂੰ ਵੀ ਚਾਹੀਦਾ ਆ ਅੱਜ ਤੌਬਾ ਕਰਨੀ ਤੌਬਾ ਕਰਾਂਗੇ ਤਾਂ ਹੀ ਖੁਦਾ ਨੇ ਬਚਾਉਣਾ ਆ ਖੁਦਾ ਮਾਫ਼ ਕਰਦਾ ਆ ਜੇ ਕੋਈ ਵੱਡੇ ਤੋਂ ਵੱਡਾ ਗੁਨਾਹ ਕਰਦੇ ਗਲਤੀ ਕਰਦੇ ਹਰ ਚੀਜ਼ ਦੀ ਮਾਫ਼ੀ ਹੈਗੀ ਆ ਲੇਕਿਨ ਬਿਨਾਂ ਪਛਤਾਵੇ ਤੋਂ ਬਿਨਾਂ ਤੌਬਾ ਤੋਂ ਮਾਫ਼ੀ ਨਹੀਂ ਆ ਬਿਨਾਂ ਰਿਪੈਂਟ ਤੋਂ ਮਾਫ਼ੀ ਨਹੀਂ ਇਸ ਕਰਕੇ ਕਹਿੰਦਾ ਆ ਬਾਰ ਬਾਰ ਵਚਨ ਕਹਿੰਦਾ ਰਿਪੈਂਟ ਕਰੋ ਤੌਬਾ ਕਰੋ ਬਿਨਾਂ ਤੌਬਾ ਤੋਂ ਮਾਫ਼ੀ ਨਹੀਂ ਮਿਲਦੀ ਉਹਨੇ ਤੌਬਾ ਕੀਤੀ ਸਭ ਕੁਛ ਉਜਾੜਨ ਤੋਂ ਬਾਅਦ ਵੀ ਖੁਦਾ ਨੇ ਫਿਰ ਕੀ ਕੀਤਾ ਉਹਦੇ ਜਿਹੜਾ ਪਿਤਾ ਸੀ ਉਹਨੇ ਫਿਰ ਉਹਨੂੰ ਰਾਜ ਮੁਕਟ ਪਹਿਨਾ ਕੇ ਫਿਰ ਆਪਣੇ ਘਰ ਵਿੱਚ ਰੱਖਿਆ ਉਹਨੇ ਆਪਣੇ ਵੱਡੇ ਬੇਟੇ ਦੀ ਗੱਲ ਨਹੀਂ ਸੁਣੀ ਉਹ ਕਹਿੰਦਾ ਤੂੰ ਤਾਂ ਵਧੀਆ ਸੀਗਾ ਕਹਿੰਦਾ ਤੈਨੂੰ ਮੇਰੀ ਲੋੜ ਨਹੀਂ ਸੀਗੀ ਕਹਿੰਦਾ ਮੇਰੇ ਦਿਲਾਸੇ ਦੀ ਲੋੜ ਕਹਿੰਦਾ ਇਹਨੂੰ ਸੀਗੀ ਛੋਟੇ ਬੇਟੇ ਨੂੰ ਕਹਿੰਦਾ ਇਹਨੂੰ ਲੋੜ ਸੀ ਕਿਉਂਕਿ ਇਹ ਪਾਪ ਵਿੱਚ ਚਲਾ ਗਿਆ ਸੀਗਾ ਜੇ ਕੋਈ ਬੰਦਾ ਪਾਪ ਵਿੱਚ ਆ ਤੇ ਉਹਦਾ ਠੱਠਾ ਨਾ ਉਡਾਓ ਉਹਨੂੰ ਗਲਤ ਨਾ ਬੋਲੋ ਉਹਦੇ ਵਾਸਤੇ ਕੀ ਕਰੋ ਪ੍ਰਾਰਥਨਾ ਕਰੋ ਜਦੋਂ ਅਸੀਂ ਪ੍ਰਾਰਥਨਾ ਕਰਾਂਗੇ ਹੋ ਸਕਦਾ ਸਾਡੀ ਪ੍ਰਾਰਥਨਾ ਦੇ ਦੁਆਰਾ ਉਹ ਗਲਤ ਇਨਸਾਨ ਪ੍ਰਭੂ ਦੇ ਵਿੱਚ ਆ ਜਾਵੇ ਉਹਦਾ ਜੀਵਨ ਬਚ ਜਾਵੇ ਕੀ ਉਹਦਾ ਪਿਤਾ ਉਜਾੜੂ ਪੁੱਤਰ ਸੀ ਉਹਦਾ ਪਿਤਾ ਰੋਜ਼ ਪ੍ਰਾਰਥਨਾ ਨਹੀਂ ਕਰਦਾ ਸੀਗਾ ਉਹਦਾ ਪਿਤਾ ਰੋਜ਼ ਪ੍ਰਾਰਥਨਾ ਜਿਹਦਾ ਬੱਚਾ ਸਭ ਕੁਛ ਲੈ ਕੇ ਚਲਾ ਗਿਆ ਹੋਵੇ ਕੀ ਉਹਨੂੰ ਦੁੱਖ ਨਹੀਂ ਹੋਊਗਾ ਉਹ ਰੋਜ਼ ਪ੍ਰਾਰਥਨਾ ਕਰਦਾ ਸੀ ਖੁਦਾ ਅੱਗੇ ਪ੍ਰਭੂ ਜੀ ਮੇਰਾ ਬੇਟਾ ਜਿੱਥੇ ਵੀ ਆ ਉਹ ਵਾਪਸ ਆ ਜਾਵੇ ਮੈਨੂੰ ਪੈਸੇ ਨਾਲ ਮਤਲਬ ਨਹੀਂ ਆ ਚਾਹੇ ਉਹ ਪੈਸਾ ਲੈ ਗਿਆ ਲੇਕਿਨ ਇੱਕ ਦਿਨ ਕੀ ਹੋਇਆ ਉਹਦੀ ਪ੍ਰਾਰਥਨਾ ਸੁਣੀ ਗਈ ਨੈਚੁਰਲ ਜੀ ਗੱਲ ਆ ਸਿੰਪਲ ਜੀ ਗੱਲ ਆ ਕੋਈ ਵੀ ਜਿਹੜਾ ਪਿਓ ਆ ਆਪਣੇ ਬੱਚੇ ਲਈ ਰੋਊਗਾ ਜਦੋਂ ਉਹਦਾ ਬੱਚਾ ਚਲੇ ਜਾਊਗਾ ਗਲਤ ਸਿਸਟਮ ਦੇ ਵਿੱਚ ਰੋਊਗਾ ਉਹ ਰੋਜ਼ ਪ੍ਰਾਰਥਨਾ ਕਰੂਗਾ ਉਹਨੇ ਟੇਕੂਗਾ ਖੁਦਾ ਅੱਗੇ ਵੀ ਮੇਰਾ ਬੇਟਾ ਜਦੋਂ ਉਹਦਾ ਬੇਟਾ ਵਾਪਸ ਆਇਆ ਉਹਦਾ ਹਿਰਦੇ ਉਹਨੇ ਕਿੰਨਾ ਕੁ ਫਕਰ ਮਹਿਸੂਸ ਕੀਤਾ ਹੋਣਾ ਕਿੰਨੇ ਕੁ ਵੱਡੀ ਖੁਸ਼ੀ ਉਹਦੇ ਅੰਦਰ ਆਈ ਹੋਣੀ ਆ ਉਹਨੇ ਸੋਚਿਆ ਹੋਣਾ ਵੀ ਮੈਂ ਸੰਸਾਰ ਦੀ ਸਾਰੀ ਦੌਲਤ ਪਾ ਲਈ ਆ ਕਿਉਂਕਿ ਸਾਰੀ ਦੌਲਤ ਕੀ ਸੀ ਉਹਦਾ ਬੇਟਾ ਹੀ ਸੀਗਾ ਉਹ ਪੈਸੇ ਦਾ ਮਤਲਬ ਨਹੀਂ ਸੀ ਅੱਜ ਪ੍ਰਭੂ ਨੂੰ ਇਹ ਮਤਲਬ ਨਹੀਂ ਆ ਵੀ ਤੁਸੀਂ ਕੀ ਚੀਜ਼ਾਂ ਨੂੰ ਗਵਾ ਕੇ ਆ ਗਏ ਹੋ ਜਾਂ ਕੀ ਚੀਜ਼ਾਂ ਤੁਹਾਡੇ ਤੋਂ ਦੂਰ ਹੋ ਗਈਆਂ ਪ੍ਰਭੂ ਕਹਿੰਦਾ ਤੁਸੀਂ ਮੇਰੇ ਵਚਨ ਦੇ ਵਿੱਚ ਆਓ ਕਹਿੰਦਾ ਇਹ ਸਭ ਚੀਜ਼ਾਂ ਤੁਹਾਨੂੰ ਫਿਰ ਦਊਂਗਾ ਮੈਂ ਜਿੱਦਾਂ ਅਯੂਬ ਨਬੀ ਨੇ ਜਦੋਂ ਖੁਦਾ ਅਯੂਬ ਨਬੀ ਨੇ ਕੋਈ ਗਲਤੀ ਨਹੀਂ ਕੀਤੀ ਸੀ ਕੋਈ ਪਾਪ ਨਹੀਂ ਕੀਤਾ ਸੀਗਾ ਫਿਰ ਵੀ ਖੁਦਾ ਨੇ ਸਾਰਾ ਕੁਛ ਉਸਕੋ ਲੈ ਲਿਆ ਲੇਕਿਨ ਉਹਨੇ ਖੁਦਾ ਦੀ ਕਦੇ ਵੀ ਬੁਰਿਆਈ ਨਹੀਂ ਕੀਤੀ ਉਹ ਕਹਿੰਦਾ ਪ੍ਰਭੂ ਜੀ ਤੇਰੀ ਮਹਿਮਾ ਹੋਵੇ ਕਹਿੰਦਾ ਤੂੰ ਦਿੱਤਾ ਤੂੰ ਲੈ ਲਿਆ ਤੂੰ ਯੁਗਾਂ ਨੂੰ ਯੁਗ ਜਿਉਂਦਾ ਰਵੇ ਜੇ ਇਹੋ ਜਿਹਾ ਵਿਸ਼ਵਾਸ ਸਾਡਾ ਹੈਗਾ ਆ ਤੇ ਖੁਦਾ ਕਦੇ ਵੀ ਆਪਣੇ ਲੋਕਾਂ ਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਰਹਿਣ ਦਊਗਾ ਇਸ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਮਨ ਫਿਰਾਓ ਜਿਹੜਾ ਬੰਦਾ ਮਨ ਫਿਰਾਊਗਾ ਉਹ ਕੀ ਕਰੂਗਾ ਅਨੰਤ ਜੀਵਨ ਪਾਊਗਾ ਬਿਨਾਂ ਮਨ ਫਿਰਾਏ ਕੋਈ ਅਨੰਤ ਜੀਵਨ ਨਹੀਂ ਆ ਹੁਣ ਦੇਖੋ ਵਚਨ ਕੀ ਕਹਿੰਦਾ ਰੋਮੀਆਂ 6:23 ਵਿੱਚ ਲਿਖਿਆ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ ਪਰ ਪਰਮੇਸ਼ਵਰ ਦੀ ਬਖਸ਼ਿਸ਼ ਸਾਡੇ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਸਦੀਪਕ ਜੀਵਨ ਹੈ ਦੇਖੋ ਪਾਪ ਦੀ ਮਜ਼ਦੂਰੀ ਕੀ ਆ ਮੌਤ ਆ ਜੇ ਕੋਈ ਬੰਦਾ ਪਾਪ ਕਰਦਾ ਆ ਤਾਂ ਇਹ ਨਾ ਸੋਚੇ ਵੀ ਮੈਂ ਕਰ ਰਿਹਾ ਮੈਨੂੰ ਕੋਈ ਦੇਖ ਨਹੀਂ ਰਿਹਾ ਪਾਪ ਦੀ ਮਜ਼ਦੂਰੀ ਮੌਤ ਆ ਤੁਹਾਨੂੰ ਕੋਈ ਬੰਦਾ ਨਹੀਂ ਦੇਖਦਾ ਕੋਈ ਸੇਵਕ ਕੋਈ ਪਾਸਟਰ ਕੋਈ ਨਬੀ ਤੁਹਾਨੂੰ ਨਹੀਂ ਦੇਖ ਰਿਹਾ ਲੇਕਿਨ ਤੁਹਾਨੂੰ ਕੌਣ ਦੇਖ ਰਿਹਾ ਜਿਹੜਾ ਕਦੇ ਸੌਂਦਾ ਨਹੀਂ ਆ ਨਬੀ ਵੀ ਸੋ ਜਾਂਦੇ ਆ ਰਾਤ ਨੂੰ ਨਬੀ ਦੇਖ ਲੈਂਦੇ ਆ ਸਭ ਕੁਛ ਲੇਕਿਨ ਪਾਸਟਰ ਵੀ ਸੋ ਜਾਂਦੇ ਲੇਕਿਨ ਖੁਦਾ ਕਦੇ ਸੌਂਦਾ ਨਹੀਂ ਆ ਬਚਨ ਕਹਿੰਦਾ ਨਾ ਉਹ ਸੋਤਾ ਹੈ ਨਾ ਉਹ ਉਂਗਲਾਤਾ ਹੈ ਕਹਿੰਦਾ ਨਾ ਉਹ ਸੌਂਦਾ ਤੇ ਨਾ ਉਂਗਲਾਉਂਦਾ ਆ ਕਹਿੰਦਾ 24 ਘੰਟੇ ਕਹਿੰਦਾ ਉਹਦੀ ਅੱਖਾਂ ਤੁਹਾਡੇ ਤੇ ਲੱਗੀਆਂ ਆ ਤੁਸੀਂ ਕੀ ਕਰ ਰਹੇ ਹੋ ਉਹ ਸਭ ਕੁਛ ਦੇਖਦਾ ਆ ਇਸ ਕਰਕੇ ਸਾਨੂੰ ਚਾਹੀਦਾ ਆ ਮਨ ਫਿਰਾਈਏ ਪ੍ਰਭੂ ਸਾਨੂੰ ਦੇਖ ਰਿਹਾ ਆ ਇਸ ਕਰਕੇ ਸਾਨੂੰ ਚਾਹੀਦਾ ਪਾਪ ਦੀ ਮਜ਼ਦੂਰੀ ਨਾ ਕਰੀਏ ਜੇ ਅਸੀਂ ਪਾਪ ਦੀ ਮਜ਼ਦੂਰੀ ਕਰਾਂਗੇ ਤਾਂ ਮੌਤ ਹੀ ਮਿਲਣੀ ਆ ਤੇ ਮੌਤ ਦਾ ਸਮਾਂ ਕੋਈ ਪੱਕਾ ਨਹੀਂ ਆ ਮੌਤ ਮਿਲਣੀ ਆ ਇਹ ਤਾਂ ਗਰੰਟੀ ਆ ਕਦੋਂ ਮਿਲਣੀ ਆ ਇਹ ਪਰਮੇਸ਼ਵਰ ਕਰਦਾ ਖੁਦ ਵੀ ਕਦੋਂ ਉਹ ਬੰਦਾ ਪਾਪ ਦੀ ਮਜ਼ਦੂਰੀ ਕਰਦਾ ਹੋਇਆ ਕਦੋਂ ਡਿੱਗ ਜਾਊਗਾ ਉਹ ਪਰਮੇਸ਼ਵਰ ਨੇ ਦੇਖਣਾ ਆ ਉਹ ਸਾਡਾ ਦੇਖਣ ਦਾ ਕੰਮ ਨਹੀਂ ਹੈ ਉਹ ਪਰਮੇਸ਼ਵਰ ਦੇਖਦਾ ਵੀ ਕਦੋਂ ਇਹ ਬੰਦਾ ਪਾਪ ਦੀ ਮਜ਼ਦੂਰੀ ਕਿੰਨੇ ਸਮੇਂ ਦੀ ਆ ਕੋਈ ਪਾਪ ਦੀ ਮਜ਼ਦੂਰੀ ਛੋਟੀ ਕਰਦਾ ਕੋਈ ਵੱਡੀ ਕਰਦਾ ਲੇਕਿਨ ਸਜ਼ਾ ਸਾਰਿਆਂ ਨੂੰ ਮਿਲਣੀ ਹੈ ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੀ ਆ ਹੋਰ ਕੁਛ ਨਹੀਂ ਜਿਹੜਾ ਬੰਦਾ ਪਾਪ ਦੀ ਮਜ਼ਦੂਰੀ ਕਰੂਗਾ ਉਹ ਮਰੂਗਾ ਇਹ ਪਾਪ ਦੀ ਮਜ਼ਦੂਰੀ ਆ ਵਚਨ ਤੋਂ ਬਾਹਰ ਜਿੰਨੇ ਵੀ ਕੰਮ ਆ ਏ ਤੋਂ ਲੈ ਕੇ ਜੈਡ ਤੱਕ ਜਿੰਨੇ ਵੀ ਕੰਮ ਆ ਇੱਕ ਤੋਂ ਲੈ ਕੇ 100 ਤੱਕ ਜਿਹੜੇ ਵੀ ਵਚਨ ਤੋਂ ਬਾਹਰ ਕੰਮ ਆ ਸਭ ਪਾਪ ਦੀ ਮਜ਼ਦੂਰੀ ਆ ਅੱਜ ਲੋਕ ਬਹੁਤ ਫੁੱਲੇ ਹੋਏ ਆ ਸਾਨੂੰ ਬਰਕਤ ਮਿਲ ਗਈ ਹੈ ਕੋਈ ਨਹੀਂ ਅਸੀਂ ਚਰਚ ਨਹੀਂ ਜਾਂਦੇ ਕੋਈ ਗੱਲ ਨਹੀਂ ਪ੍ਰਭੂ ਸਾਡੇ ਨਾਲ ਵੀ ਬੋਲਦਾ ਹੈ ਕੋਈ ਨਹੀਂ ਪ੍ਰਭੂ ਤੁਹਾਡੇ ਨਾਲ ਬੋਲਦਾ ਪ੍ਰਭੂ ਫਿਰ ਤੁਹਾਡੇ ਨਾਲ ਬੋਲੂਗਾ
ਜੇ ਤੁਹਾਡੇ ਕੋਲ ਬਰਕਤ ਆ ਲਓਗੀ ਫਿਰ ਬੋਲੂਗਾ ਪ੍ਰਭੂ ਤੁਹਾਡੇ ਦਾ ਵੀ ਤੂੰ ਮੇਰੇ ਵਚਨ ਤੇ ਨਹੀਂ ਚੱਲਿਆ ਇਹ ਬਰਕਤ ਤੇਰੇ ਤੋਂ ਹਟਾਈ ਜਾਂਦੀ ਹੈ ਕਿਉਂ ਹਟਾਈ ਜਾਂਦੀ ਕਿਉਂਕਿ ਪ੍ਰਭੂ ਬਰਕਤਾਂ ਨੂੰ ਨਹੀਂ ਹਟਾਉਂਦਾ ਮਨੁੱਖ ਖੁਦ ਹੀ ਬਰਕਤਾਂ ਨੂੰ ਹਟਵਾਉਂਦਾ ਆ ਕੀ ਕਰਕੇ ਪਰਮੇਸ਼ੁਰ ਨੂੰ ਗਲਤ ਬੋਲਦੀ ਜਦੋਂ ਇਸਰਾਇਲੀ ਲੋਕਾਂ ਨੇ ਖੁਦਾ ਦੇ ਖਿਲਾਫ਼ ਕੁਫਰ ਬਕਿਆ ਸੀਗਾ ਜਿਹੜੇ ਖੁਦਾ ਨੇ ਇਸਰਾਇਲ ਦੇ ਮਿਸਰ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਉਸੇ ਖੁਦਾ ਨੇ ਉਹਨਾਂ ਨੂੰ ਮਾਰਤਾ ਇਹਨੂੰ ਕਹਿੰਦੇ ਨੇ ਬਰਕਤਾਂ ਖੋਈਆਂ ਕਿ ਨਹੀਂ ਖੋਈਆਂ ਸਾਰਿਆਂ ਦੀ ਬਰਕਤਾਂ ਖੋਲੀਆਂ ਬੱਚੇ ਤੱਕ ਮਾਰਤੇ ਸਾਰਾ ਐਸ਼ੋ ਆਰਾਮ ਖੋ ਲਿਆ ਕਿਉਂ ਖੋਇਆ ਕਿਉਂਕਿ ਬਚਨ ਤੋਂ ਬਾਹਰ ਚਲੇ ਗਏ ਸੀ ਜਿਹੜੇ ਪਰਮੇਸ਼ੁਰ ਨੇ ਜੀਵਨ ਦਿੱਤਾ ਸੀ ਉਸੇ ਪਰਮੇਸ਼ੁਰ ਨੇ ਮਾਰਤਾ ਪਰਮੇਸ਼ੁਰ ਵੀ ਕਤਲ ਕਰਦਾ ਕੋਈ ਭੁਲੇਖੇ 'ਚ ਨਾ ਰਹੇ ਵੀ ਪਰਮੇਸ਼ੁਰ ਬਰਕਤ ਦਿੰਦਾ ਤੇ ਲੈ ਨਹੀਂ ਸਕਦਾ ਪਰਮੇਸ਼ੁਰ ਜੇ ਦੇਣਾ ਜਾਣਦਾ ਆ ਤੇ ਲੈਣਾ ਵੀ ਜਾਣਦਾ ਜੇ ਜੀਵਨ ਦੇਣਾ ਜਾਣਦਾ ਆ ਤੇ ਮੌਤ ਵੀ ਦੇਣਾ ਜਾਣਦਾ ਆ ਕਿਉਂਕਿ ਇਸ ਚੀਜ਼ ਨੂੰ ਬਾਈਬਲ ਕਲੀਅਰ ਕਰਦੀ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਅਸੀਂ ਮੂਸਾ ਦੀ ਪੁਸਤਕ ਵਿੱਚ ਪੜਾਂਗੇ ਤੇ ਉਹਦੇ ਵਿੱਚ ਇਹ ਗੱਲ ਕਲੀਅਰ ਹੁੰਦੀ ਇਸਰਾਇਲੀਆਂ ਨੂੰ ਜੀਵਨ ਮਿਲਿਆ ਤੇ ਮੌਤ ਕਿਹਨੇ ਦਿੱਤੀ ਸ਼ੈਤਾਨ ਨਹੀਂ ਆਇਆ ਮੌਤ ਦੇਣ ਨੂੰ ਯਹੋਵਾ ਦੀ ਅੱਗ ਆਈ ਤੇ ਸਾਰੇ ਨੂੰ ਭਸਮ ਕਰਤਾ ਧਰਤੀ ਪਾੜ ਗਈ ਜਿੰਨੇ ਲੋਕ ਸੀ ਸਾਰੇ ਵਿੱਚ ਧੱਸ ਗਏ ਕੋਈ ਸੱਪਾਂ ਦੁਆਰਾ ਮਾਰੇ ਗਏ ਕੋਈ ਬਿਮਾਰੀਆਂ ਦੁਆਰਾ ਮਾਰੇ ਗਏ ਕੋਈ ਤਲਵਾਰ ਦੇ ਦੁਆਰਾ ਮਾਰੇ ਗਏ ਲੇਕਿਨ ਜਿਹੜਾ ਕੋਈ ਮਨੁੱਖ ਪਰਮੇਸ਼ੁਰ ਦੀ ਅਣਖ ਵਿੱਚ ਰਿਹਾ ਉਹਨਾਂ ਦੇ ਨਾਮ ਬਾਈਬਲ 'ਚ ਲਿਖੇ ਹੈ ਬਾਈਬਲ 'ਚ ਨਾਮ ਲਿਖੇ ਆ ਸਾਰੇ ਇਸਰਾਇਲੀਆਂ ਦੇ ਨਾਮ ਕਿਉਂ ਨਹੀਂ ਲਿਖੇ ਉਹਨਾਂ ਦੇ ਵੀ ਲਿਖੇ ਜਾ ਸਕਦੇ ਸੀਗੇ ਲੇਕਿਨ ਕਿਉਂ ਨਹੀਂ ਲਿਖੇ ਕਿਉਂਕਿ ਉਹਨਾਂ ਨੇ ਕੰਮ ਨਹੀਂ ਸਹੀ ਕੀਤੇ ਲੋਕੀ ਕਹਿੰਦੇ ਆ ਵੀ ਸਾਡੇ ਨਾਮ ਉੱਪਰ ਲਿਖੇ ਜਾਣ ਲਿਸਟ ਦੇ ਵਿੱਚ ਵੀ ਇਹ ਬੰਦਾ ਬਹੁਤ ਆਤਮਿਕ ਆ ਇਹ ਕਿਉਂ ਨਹੀਂ ਖੁਦਾ ਲਿਖਦਾ ਉਹਨਾਂ ਦੇ ਨਾਮ ਆਪਣੀ ਪੁਸਤਕ ਦੇ ਵਿੱਚ ਕਿਉਂਕਿ ਉਹ ਜਾਣਦਾ ਆ ਇਹਨਾਂ ਦੇ ਕੰਮ ਹੀ ਸਹੀ ਨਹੀਂ ਹੈ ਜਦੋਂ ਤੱਕ ਕੋਈ ਖੁਦਾ ਦੇ ਅੱਗੇ ਆਪਣਾ ਜੀਵਨ ਸਮਰਪਿਤ ਨਹੀਂ ਕਰਦਾ ਆਪਣਾ ਕਰੈਕਟਰ ਪੇਸ਼ ਨਹੀਂ ਕਰਦਾ ਜਿਹੜਾ ਉਹਦਾ ਕਰੈਕਟਰ ਆ ਉਹਦਾ ਸਿਸਟਮ ਆ ਉਹਨੂੰ ਪੇਸ਼ ਨਹੀਂ ਕਰਦਾ ਉਦੋਂ ਤੱਕ ਖੁਦਾ ਕੰਮ ਨਹੀਂ ਕਰਦਾ ਖੁਦਾ ਵੀ ਦੇਖਦਾ ਆ ਬੰਦੇ ਨੂੰ ਉਹਨੂੰ ਪਤਾ ਹਰ ਕਿਸੇ ਇਨਸਾਨ ਦਾ ਪਤਾ ਆ ਕੌਣ ਬੰਦਾ ਕਿੱਦਾਂ ਦਾ ਆ ਖੁਦਾ ਦੀ ਅੱਖਾਂ ਹਰ ਪਾਸੇ ਲੱਗੀਆਂ ਆ ਕੋਈ ਵੀ ਬੰਦਾ ਖੁਦਾ ਨੂੰ ਠੱਗ ਨਹੀਂ ਸਕਦਾ ਖੁਦਾ ਨੂੰ ਧੋਖਾ ਨਹੀਂ ਦੇ ਸਕਦਾ ਅੱਜ ਕੀ ਆ ਲੋਕ ਖੁਦਾ ਨੂੰ ਠੱਗਦੇ ਆ ਉਹਨੂੰ ਧੋਖਾ ਦਿੰਦੇ ਫਿਰ ਕਹਿੰਦੇ ਪ੍ਰਭੂ ਜੀ ਅਸੀਂ ਕਿਹੜੀ ਗੱਲ ਪਿੱਛੇ ਤੈਨੂੰ ਠੱਗਿਆ ਕਿਹੜੀ ਗੱਲ ਪਿੱਛੇ ਤੈਨੂੰ ਧੋਖਾ ਦਿੱਤਾ ਆ ਪਰਮੇਸ਼ਵਰ ਦੇ ਵਚਨ ਦੀ ਅਣ ਆਗਿਆਕਾਰੀ ਕਰਨੀ ਹੀ ਸ਼ਰਾਪ ਆ ਫਿਰ ਕੀ ਆ ਤੁਸੀਂ ਸ਼ਰਾਪ ਥੱਲੇ ਕਿਉਂਕਿ ਪਰਮੇਸ਼ਵਰ ਦੇ ਵਚਨ ਦੀ ਕੀ ਕਰ ਰਹੇ ਅਸੀਂ ਅਣ ਆਗਿਆਕਾਰੀ ਦਸ ਹੁਕਮ ਆ ਅਸੀਂ ਨੌ ਮੰਨਣੇ ਹਾਂ ਜੀ ਦਸਵਾਂ ਨਹੀਂ ਅਸੀਂ ਮੰਨਣਾ ਕਿਉਂ ਨਹੀਂ ਮੰਨਣਾ ਕਿਉਂਕਿ ਤੁਹਾਡੇ ਅੰਦਰ ਕੀ ਹੈ ਪਰਮੇਸ਼ਵਰ ਦਾ ਵਚਨ ਸੰਪੂਰਨ ਤੌਰ 'ਤੇ ਫਿੱਟ ਨਹੀਂ ਆ ਜੇ ਤੁਹਾਡੇ ਅੰਦਰ ਪਰਮੇਸ਼ਵਰ ਦਾ ਵਚਨ ਸੰਪੂਰਨ ਤੌਰ 'ਤੇ ਫਿੱਟ ਆ ਤੇ 10 ਆਗਿਆ ਮੰਨਣ ਤੋਂ ਬਾਅਦ ਤੁਸੀਂ ਕਹੋਗੇ ਪ੍ਰਭੂ ਜੀ 11ਵੀਂ ਆਗਿਆ ਦੇ ਲਈ ਵੀ ਮੈਂ ਤਿਆਰ ਹਾਂ ਮੇਰੇ ਨਾਲ ਹੋ ਕੇ ਕੰਮ ਕਰ 10 ਮੈਂ ਤੇਰੇ ਵਾਸਤੇ ਕੀ ਕਰਾਂ ਆ ਜਿੰਨੇ ਨਬੀ ਹੋਏ ਆ ਇਹਨਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ ਸੀ ਖੁਦਾ ਨੂੰ ਇਹ ਕੌਣ ਸੀ ਇਹ ਵੀ ਸਾਡੇ ਵਰਗੇ ਇਨਸਾਨ ਸੀ ਇਹਨਾਂ ਨੂੰ ਵੀ ਭੁੱਖ ਪਿਆਸ ਲੱਗਦੀ ਸੀ ਦੁੱਖ ਹੁੰਦਾ ਸੀ ਦਰਦ ਹੁੰਦਾ ਸੀ ਇਹਨਾਂ ਦੇ ਵੀ ਬੱਚੇ ਸੀ ਲੇਕਿਨ ਇਹਨਾਂ ਨੇ ਕਦੇ ਵੀ ਖੁਦਾ ਦੇ ਵਚਨ ਤੋਂ ਬਾਹਰ ਕੰਮ ਨਹੀਂ ਕੀਤਾ ਕਿਸੇ ਨੇ ਵੀ ਹਰ ਕੋਈ ਬੰਦਾ ਖੁਦਾ ਦੇ ਅੱਗੇ ਝੁਕਿਆ ਤੇ ਸਾਨੂੰ ਵੀ ਚਾਹੀਦਾ ਆ ਪਾਪ ਦੀ ਮਜ਼ਦੂਰੀ ਨਾ ਕਰੀਏ ਕਿਉਂਕਿ ਪਾਪ ਦੀ ਮਜ਼ਦੂਰੀ ਕਰਾਂਗੇ ਤੇ ਸਾਡਾ ਜੀਵਨ ਨਾਸ਼ ਹੋ ਜਾਊਗਾ ਮੱਤੀ 3:1 ਹੁਣ ਦੇਖੋ ਮੱਤੀ 3:1 ਸਾਨੂੰ ਕੀ ਬਿਆਨ ਕਰ ਰਹੀ ਆ ਜਿਹੜਾ ਯਹੂਨਾ ਬਸਮਾ ਦੇਣ ਵਾਲਾ ਸੀਗਾ ਯਹੂਨਾ ਬਸਮਾ ਦੇਣ ਵਾਲੇ ਨੇ ਕੀ ਕਿਹਾ ਉਹਨੇ ਕਿਹਾ 19 ਦਿਨੀ ਯਹੂਨਾ ਬਸਮਾ ਦੇਣ ਵਾਲਾ ਆਣ ਕੇ ਯਹੂਦੀਆ ਦੇ ਉਜਾੜ ਵਿੱਚ ਪ੍ਰਚਾਰ ਕਰਦੇ ਹੋਏ ਕਹਿਣ ਲੱਗਾ ਤੋਬਾ ਕਰੋ ਕੀ ਕਹਿ ਰਿਹਾ ਸੀਗਾ ਕਹਿੰਦਾ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ ਕਿ ਉਹ ਇਹੋ ਹੈ ਜਿਸਦੇ ਵਿਖੇ ਯਸ਼ਾਇਆ ਨਬੀ ਨੇ ਆਖਿਆ ਗਿਆ ਸੀ ਉਜਾੜ ਵਿੱਚ ਹੋਕਾ ਦੇਣ ਦੇਖੋ ਜਿਹੜਾ ਯਹੂਨਾ ਨਬੀ ਆ ਇਹਨੇ ਕੀ ਕੀਤਾ ਹਜ਼ਾਰਾਂ ਸਾਲ ਪਹਿਲਾਂ ਹੀ ਯਸ਼ਾਇਆ ਨਬੀ ਦੇ ਨਬੀ ਦੇ ਦੁਆਰਾ ਲਿਖ ਦਿੱਤਾ ਗਿਆ ਯਸ਼ਾਇਆ ਨਬੀ ਦੇ ਦੁਆਰਾ ਯਹੂਨਾ ਬਸਮਾ ਦੇਣ ਵਾਸਤੇ ਜਿਹੜਾ ਯਹੂਨਾ ਬਸਮਾ ਦੇਣ ਵਾਲਾ ਸੀ ਇਹਦੇ ਵਾਸਤੇ ਪਹਿਲਾਂ ਲਿਖ ਦਿੱਤਾ ਗਿਆ ਸੀਗਾ ਵੀ ਇੱਕ ਹੋਕਾ ਦੇਣ ਵਾਲੀ ਇੱਕ ਉਜਾੜ ਵਿੱਚ ਇੱਕ ਆਵਾਜ਼ ਆਵੇਗੀ ਉਜਾੜ ਕੀ ਆ ਜਦੋਂ ਤੁਸੀਂ ਪਰਮੇਸ਼ੁਰ ਦੇ ਵਚਨ ਤੋਂ ਬਾਹਰ ਹੋ ਉੱਥੇ ਉਜਾੜ ਆ ਲੇਕਿਨ ਉਜਾੜ ਵਿੱਚ ਕੀ ਆ ਪਰਮੇਸ਼ੁਰ ਦਾ ਵਚਨ ਆਉਂਦਾ ਆ ਕਾਹਦੇ ਵਾਸਤੇ ਸਾਨੂੰ ਬਚਾਉਣ ਵਾਸਤੇ ਤੇ ਯਹੂਨਾ ਕੀ ਕਹਿ ਰਿਹਾ ਆ ਯਹੂਨਾ ਕਹਿ ਰਿਹਾ ਆ ਕਹਿੰਦਾ ਤੋਬਾ ਕਰੋ ਕਹਿੰਦਾ ਜੋ ਸਵਰਗ ਦਾ ਰਾਜ ਕਹਿੰਦਾ ਤੋਬਾ ਕਰੋ ਯਹੂਨਾ ਨੇ ਕੀ ਕਿਹਾ ਤੋਬਾ ਕਰੋ ਕਹਿੰਦਾ ਤੁਸੀਂ ਤੋਬਾ ਜੋਗਾ ਫਲ ਦਿਓ ਅਤੇ ਆਪਣੇ ਮਨ ਵਿੱਚ ਇਸ ਗੱਲ ਤੇ ਕਹਿਣ ਦੀ ਸੋਚ ਨਾ ਕਰੋ ਕਿ ਸਾਡਾ ਅਬਰਾਹਿਮ ਸਾਡਾ ਪਿਤਾ ਹੈ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਾਈ ਪਰਮੇਸ਼ੁਰ ਅਬਰਾਹਿਮ ਦੇ ਲਈ ਇਹਨਾਂ ਪੱਥਰਾਂ ਵਿੱਚੋਂ ਵੀ ਕਹਿੰਦਾ ਪਰਮੇਸ਼ੁਰ ਕੀ ਕਰੂਗਾ ਪੁੱਤਰ ਪੈਦਾ ਕਰੂਗਾ ਕੋਈ ਘਮੰਡ ਨਾ ਕਰੇ ਵੀ ਮੈਂ ਮਸੀਹ ਹਾਂ ਖੁਦਾ ਮੇਰੇ ਨਾਲ ਆ ਬਰਕਤਾਂ ਮੇਰੇ ਨਾਲ ਆ ਜੇ ਤੁਸੀਂ ਮਸੀਹ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਇਬਰਾਹਿਮ ਦੀ ਸੰਤਾਨ ਆ ਜੇ ਤੁਸੀਂ ਵਚਨ ਦੇ ਵਿੱਚ ਫਿੱਟ ਨਹੀਂ ਹੋ ਵਚਨ ਤੋਂ ਬਾਹਰ ਤੁਸੀਂ ਕੰਮ ਕਰਦੇ ਹੋ ਤੇ ਫਿਰ ਕੀ ਆ ਤੁਹਾਡਾ ਕੋਈ ਹਿੱਸਾ ਨਹੀਂ ਹੈ ਪਰਮੇਸ਼ੁਰ ਦੇ ਵਿੱਚ ਫਿਰ ਤੁਸੀਂ ਇਬਰਾਹਿਮ ਦੀ ਸੰਤਾਨ ਨਹੀਂ ਹੋ ਮੈਂ ਇਸ ਗੱਲ ਨੂੰ ਪੱਕੇ ਤੌਰ ਤੇ ਆਖਦਾ ਆ ਵਚਨ ਦੇ ਅਨੁਸਾਰ
जे ताडे काम जनाकारी वाले आ वचन तो बाहर ताडे काम आ फिर तुसी की हो उहदी संतान दी, फिर तुसी दावा क्यों करदे हो वी असीं वचन दी संतान आ, फिर तुसी वचन दी संतान नहीं हो, क्योंकि देखो वचन विच अगे की लिखिआ आ, क्यों जो मैं तुहानू आखदा हां भई परमेश्वर अब्राहम दे लई इन्हां पत्थरां विचों भी बच्चे पैदा कर सकदा है, अते विरछां दी जड़ उत्ते हुण कुहाड़ा रख्या, विरछ की आ, मैं जो खड़ा आ मैं एक विरछी आ, असीं की आ, एक विरछ आ, कुहाड़ा की आ, कुहाड़ा आ परमेश्वर दा वचन, वचन की करूगा कट दूगा तुहानू, वचन की करूगा तुहानू कट दूगा, वो तुहानू कटूगा, किदां कटूगा, ताडे कम्मां नू देखूगा, वो कहूगा तेरे कम खुदा विच सही नहीं आ, वो तुहानू कट दूगा, इहनू कहिंदे ने वृक्ष दे उपर कुहाड़ा रख्या होया, जिहड़ा कुहाड़ा आ वो वचन नू दस्सिया गया, वचन नू दर्शाया गया आ, हरेक विच जिहड़ा अच्छा फल नहीं दिंदा वड्डिया ते अग विच सुट्टिया जांदा है। देखो हुण की लिखिया वचन विच की कहा गया आ मत्ती विच, जिहड़ा कोई भी अच्छा फल नहीं दिंदा कहिंदा उहनू की कीता जाएगा। मान लो कोई दरख्त आ, आपां बाग विच दरख्त लाए, अच्छा फल नहीं दे रहा, तुसीं की करोगे, तुसीं खाद नहीं पाओगे बार बार, तुहानूं पता आ भी ये खत्म हो चुकिया, तुसीं उहनूं कट्टोगे, तुसीं कहोगे इहनूं बालण या अग, इहनूं असीं लकड़ां बालण वास्ते या किसी चीज़ वास्ते रख लैंदे हां, उह की अग विच सिट्टिया जाएगा। इसे तरह मनुख का जीवन आ, जिहड़ा मनुख अपने जीवन विचों मुड़दा नहीं आ, गलतियां ते गलतियां करदा, पाप ते पाप करदा आ, उहनूं की करूगा खुदा, उहने कहना भी नहीं हुण तूं की आ, तूं नाश हो जा, तेरा जीवन सही नहीं है, खुदा नाश कर दूगा, जिदा इजराइलियों नू नाश किया, इजराइलियों नू छड़ के जो अगे तक होर लोग इजराइली सीगे उन्हां नू भी नाश करता है, खुदा क्यों करता है, इसे करके क्योंकि लोग गलती करते सी, बार 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 गलती करते सी, गलती एक बारी दो बारी तीन बारी, लेकिन बार बार गलतियां कीतियां उन्हां लोगों ने, अज भी इजराइली लोग गलती कर रहे हैं, जिन्हें लोग दावा करते असीं मसीह आ सब इजराइली आ, मैं नहीं कहिंदा इजराइली नहीं है, सब परमेश्वर के बेटे बेटियां आ, जे तुसीं बेटे बेटियां हो तो वचन उपर चलो, जे तुसीं वचन पर नहीं चलते जिदा इजराइलियों नूं मारिया गया सी, खुदा अज मसीह लोगों नूं भी मारूगा, क्यों मारूगा, क्योंकि उन्होंने काम की आ गलत हो गए आ, वचन तो बाहर काम हो गए आ, तो खुदा इहो लोगों नूं बख्शता नहीं है। मैं तो तुहानू तौबा दे लई पानी नाल बसमा दिंदा हाँ, पर मेरे पिछों कहिंदा एक आण वाला आ, कहिंदा जिहड़ा मेरे तो बलवंत है, कहिंदा ओह तुहानू की करूंगा, कहिंदा उहदी जुत्ती मैं खोलण दे योग नहीं है, यूहन्ना कह रहा है, एक नबी कह रहा है, कहिंदा उहदी जुत्ती खोलण दे मैं योग नहीं आ, जिहड़ा खुद वचन है कि यूहन्ना की सी, एक वचन सीगा, खुदा दा वचन थल्ले उतरिया सीगा, ओह खुद कह रहा आपणे आप नूं नीवा कर रहा आ, कहिंदा कहिंदा ओह तुहानू पवित्र आत्मा ते अग दे नाल बसमा दूगा। अज की आ जे अस खुदा दे वचन विच आने, तौबा करते हैं, अपने गुनाह पापा नूं मानते हैं, तो खुदा की करूगा सानू अज करना बसमा दूगा, अग दे नाल ते पवित्र आत्मा दे नाल बसमा दूगा। जे असीं चाहते हैं अग ते पवित्र आत्मा दा बसमा, फिर सानू अपने जीवन बदलने की लोड़ है, जे असीं अपने जीवन नहीं बदलते तो साढ़े जीवन का कोई लाभ नहीं आ। असीं कढ़ांगे कि यरमिया 52 दी एक, यरमिया 52 दी एक, और देखो इतने सिदकिया एक राजा सीगा, यरमिया दे विच सिदकिया एक राजा सी, कहिंदा सिदकिया जदों राज करन लगा तां 21 वरिया दा सीगा, उसने यरूशलम विच 11 वरे राज कीता, उसकी माता दा नाम हमूटल सी, अते लिबना दे यरमिया दी धी सी, अते सब कुछ जो यहोयाकीम ने कीता सी उसे अनुसार उसने भी कीता। हुण देखो जिहड़ा सिदकिया राजा सीगा उहने किहड़े काम कीते, जिहड़े उहदे प्यो दादियां ने काम कीते उही काम सिदकिया ने कीते। सिदकिया कौन सी? यहूदा दा राजा सीगा, यहूदा दा राजा होण दे बावजूद उहने गलत काम कीते, ते उदों की होया यहोवा दा, देखो उदों की होया, उहने की कीता, जिहड़ा यरमिया नबी सी, यरमिया नबी लोकां नूं कहिंदा सी, कहिंदा तौबा कर लो, लेकिन लोकी तौबा नहीं सी कर रहे। तौबा क्यों नहीं कर रहे सी? वो कहिंदा सी अपने अपने गुनाह पापा नूं मन्नो, तुसीं कहिंदा तौबा करो, मूर्ति पूजा छड्डो, कहिंदा जे तुसीं खुदा दे अगे भेट चढ़ानी है, कहिंदा तुसीं मूर्ति अगे चढ़ा रहे, कहिंदा ये काम छड्ड दो। उदों की होया उन्होंने ईरखा करके, मैं तुहानूं पहलों भी दस्सिया, ईरखा करके उहनूं की कीता, टोए भी सुट्टिया, यरमिया नबी नूं कुट्टिया उन्होंने, लेकिन तौबा नहीं कीती। उदों की होया वचन दसदा आ, कहिंदा उसे दे अनुसार, कहिंदा यहोयाकीम ने कीता उसे दे अनुसार, उसने भी कीता, अते यहोवा दी निगाह विच भैड़ा सी, कहिंदा जो काम उहदा प्यो करदा सी ना, सिदकिया राजा ने उही काम कीता, सिदकिया राजा ने वचन तो बाहर काम कीता। ते देखो जे बंदा वचन तो बाहर काम करदा आ, एक वधिया बंदा, ते खुदा की करदा आ, किस तरह उहनूं मारदा आ, देखो अगे वचन विच लिखिआ 13 विच पढ़ांगे, अर यहोवा दा भवन पातशाह दा महल साड़ सुट्टिआ, यरूशलम दे सारे घर नाले अते महापुरुष दा घर अग दे नाल फाग। उदों की होया जदों ये वचन तो बाहर होए, ते खुदा ने इहनां नूं टाइम दित्ता सी तौबा दा,
ਜਰਮੀਆ ਨਬੀ ਨੂੰ ਕਿਹਾ ਸੀਗਾ ਵੀ ਜਾ ਇਹਨਾਂ ਨੂੰ ਤੋਬਾ ਕਰਵਾ, ਲੇਕਿਨ ਇਹ ਲੋਕਾਂ ਨੇ ਤੋਬਾ ਨਹੀਂ ਕੀਤੀ, ਤੋਬਾ ਨਹੀਂ ਕੀਤੀ, ਵਚਨ ਤੋਂ ਬਾਹਰ ਹੁੰਦੇ ਗਏ। ਇੱਥੇ ਤੱਕ ਜਿਹੜਾ ਨਬੀ ਇਹਨਾਂ ਨੂੰ ਦੱਸਣ ਗਿਆ ਸੀ ਵੀ ਪ੍ਰਭੂ ਤੁਹਾਨੂੰ ਬਚਾ ਲੂਗਾ ਬਾਬਲ ਦੇ ਪਾਤਸ਼ਾਹ ਦੇ ਹੱਥੋਂ, ਨਬੂਗਤ ਨਸਰ ਦੇ ਹੱਥੋਂ ਤੁਹਾਨੂੰ ਬਚਾਊਗਾ, ਉਸੇ ਨਬੀ ਨੂੰ ਇਹਨਾਂ ਨੇ ਕੁੱਟਿਆ, ਉਹ 'ਤੇ ਵਿਸ਼ਵਾਸ ਨਹੀਂ ਕੀਤਾ। ਉਦੋਂ ਕੀ ਹੋਇਆ, ਉਹਨੇ ਆਪਣੀ ਸਾਰੀ ਸੈਨਾ ਲੈ ਕੇ ਕੀ ਕੀਤਾ, ਹਮਲਾ ਕਰਤਾ ਯਰੂਸ਼ਲਮ 'ਤੇ। ਜਦੋਂ ਹਮਲਾ ਹੋਇਆ ਉਦੋਂ ਕੀ ਹੋਇਆ, ਯਰੂਸ਼ਲਮ 'ਤੇ ਹਮਲਾ ਹੋਣ ਦੇ ਵਿੱਚ ਜਿੰਨੇ ਵੀ ਲੋਕ ਸੀਗੇ, ਰਾਜਾ ਭੱਜ ਗਿਆ ਉਸ ਥਾਂ ਦੇ ਵਿੱਚੋਂ, ਕਿਉਂਕਿ ਪਤਾ ਲੱਗ ਗਿਆ ਵੀ ਸੈਨਾ ਨੇ ਹਮਲਾ ਕਰਤਾ ਆ। ਜਦੋਂ ਭੱਜਿਆ ਤੇ ਉਹਨਾਂ ਨੇ ਕੀ ਕੀਤਾ, ਫੜ ਲਿਆ ਰਾਜੇ ਨੂੰ, ਜਿਹੜਾ ਰਾਜਾ ਸਿਦਕੀਆ ਸੀ, ਸਿਦਕੀਆ ਰਾਜੇ ਨੂੰ ਫੜ ਲਿਆ। ਫੜ ਕੇ ਕੀ ਕੀਤਾ ਉਹਨਾਂ ਨੇ, ਜਿਹੜੇ ਉਹਦੇ ਸਿਪਾਹੀ ਸੀਗੇ ਸਾਰੇ ਮਾਰਤੇ, ਜਿਹੜੇ ਉਹਦੇ ਬੇਟੇ ਸੀਗੇ ਉਹਦੀ ਅੱਖਾਂ ਦੇ ਸਾਹਮਣੇ ਉਹਦੇ ਬੇਟਿਆਂ ਦਾ ਕਤਲ ਕਰ ਦਿੱਤਾ ਗਿਆ। ਕੀ ਜੇ ਉਹ ਤੋਬਾ ਕਰਦਾ, ਨਬੀ ਨੇ ਮੌਕਾ ਦਿੱਤਾ ਸੀਗਾ, ਪ੍ਰਭੂ ਨੇ ਆਪਣੇ ਨਬੀ ਯਰਮੀਆ ਨੂੰ ਭੇਜ ਕੇ ਕਿਹਾ ਸੀ ਵੀ ਇਹਨਾਂ ਨੂੰ ਤੋਬਾ ਲਈ ਸਮਾਂ ਦੇ, ਵੀ ਇਹ ਤੋਬਾ ਕਰਨਗੇ ਤਾਂ ਮੈਂ ਬਚਾਊਂਗਾ, ਲੇਕਿਨ ਉਹ ਇੰਨੇ ਹਠੀ ਸੀਗੇ, ਉਹਨਾਂ ਨੇ ਤੋਬਾ ਨਹੀਂ ਕੀਤੀ, ਉਹਨਾਂ ਨੇ ਨਬੀ ਦੀ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ। ਕੀ ਹੋਇਆ, ਉਹਦੇ ਚਾਰੋਂ ਜਿੰਨੇ ਉਹਦੇ ਬੇਟੇ ਸੀਗੇ ਮਾਰੇ ਗਏ, ਉਹਦੇ ਬੇਟੇ ਮਾਰੇ ਗਏ। ਇਸ ਤੋਂ ਇਲਾਵਾ ਕੀ ਹੋਇਆ, ਉਹਦੀ ਅੱਖਾਂ ਨੂੰ ਨਬੂਕਤ ਨਸਰ ਜਿਹੜਾ ਰਾਜਾ ਸੀ ਉਹਨੇ ਸਜ਼ਾ ਦਿੱਤੀ, ਕਹਿੰਦਾ ਇਹਦੀ ਅੱਖਾਂ ਤੋੜ ਦਿਓ, ਭੰਨ ਦਿਓ ਇਹਦੀ ਅੱਖਾਂ। ਉਹਨਾਂ ਨੇ ਕੀ ਕੀਤਾ, ਉਹਦੀ ਅੱਖਾਂ 'ਚ ਗਰਮ ਸਰੀਏ ਪਾ ਕੇ ਉਹਦੀ ਅੱਖਾਂ ਕੱਢ ਦੀਆਂ। ਜਿੱਦਾਂ ਬਾਈਬਲ ਬਿਆਨ ਕਰਦੀ ਆ ਵੀ ਇੱਕ ਮਸੀਹ ਬੰਦਾ, ਇੱਕ ਵਧੀਆ ਪਰਸਨ ਹੋਣ ਦੇ ਬਾਵਜੂਦ ਵੀ ਤੋਬਾ ਨਹੀਂ ਕੀਤੀ। ਜੇ ਚਾਹੁੰਦਾ ਤਾਂ ਤੋਬਾ ਕਰ ਸਕਦਾ, ਜਿੱਦਾਂ ਸੈਮਸਨ ਦੀ ਅੱਖਾਂ ਤੋੜੀਆਂ ਗਈਆਂ, ਸੈਮਸਨ ਦੀ ਅੱਖਾਂ ਵਿੱਚ ਗਰਮ ਸਰੀਏ ਪਾਏ ਗਏ, ਉਸੇ ਤਰ੍ਹਾਂ ਹੀ ਸਿਦਕੀਆ ਰਾਜੇ ਦੀ ਅੱਖਾਂ ਨੂੰ ਭੰਨ ਸੁੱਟਿਆ, ਤੇ ਬੜਾ ਜਦੋਂ ਤੱਕ ਉਹਦੀ ਮੌਤ ਨਹੀਂ ਆਈ ਉਦੋਂ ਤੱਕ ਉਹ ਗੁਲਾਮ ਰਿਹਾ। ਕਿਉਂ ਗੁਲਾਮ ਰਿਹਾ, ਉਹਦੇ ਕੋਲ ਸਮਾਂ ਨਹੀਂ ਸੀ ਤੋਬਾ ਕਰਨ ਦਾ, ਤੋਬਾ ਕਰ ਸਕਦਾ ਸੀ, ਉਹਨੇ ਤੋਬਾ ਨਹੀਂ ਕੀਤੀ, ਆਪਣੇ ਘਮੰਡ ਵਿੱਚ ਚੂਰ ਰਿਹਾ, ਨਬੀ ਦੀ ਗੱਲ ਦਾ ਇਨਕਾਰ ਕਰ ਦਿੱਤਾ, ਤੇ ਕੀ ਹੋਇਆ, ਉਹਦੇ ਕੋਲ ਮੌਤ ਆਈ। ਅੱਜ ਵੀ ਲੋਕਾਂ ਦੇ ਜੀਵਨ ਇਸ ਤਰ੍ਹਾਂ ਆ, ਤੁਸੀਂ ਵਚਨ ਦਾ ਇਨਕਾਰ ਕਰਦੇ ਹੋ, ਵਚਨ ਮੌਕਾ ਦਿੰਦਾ ਆ, ਇਹ ਨਹੀਂ ਵਚਨ ਮੌਕਾ ਨਹੀਂ ਦਿੰਦਾ, ਵਚਨ ਮੌਕਾ ਦਿੰਦਾ, ਕਈ ਸਾਲਾਂ ਦਾ ਮੌਕਾ ਮਿਲਿਆ ਉਹਨਾਂ ਨੂੰ, ਲੇਕਿਨ ਉਹਨਾਂ ਨੇ ਤਾਂ ਵੀ ਤੋਬਾ ਨਹੀਂ ਕੀਤੀ। ਅੱਜ ਵੀ ਵਚਨ ਮੌਕਾ ਦੇ ਰਿਹਾ ਵੀ ਲੋਕੀ ਤੋਬਾ ਕਰਨ, ਲੇਕਿਨ ਜਿਹੜੇ ਤੋਬਾ ਨਹੀਂ ਕਰਨਗੇ ਉਹ ਫਿਰ ਬਚਾਏ ਨਹੀਂ ਜਾਣਗੇ। ਨੂਹ ਦੇ ਸਮੇਂ ਵੀ ਇਸ ਤਰ੍ਹਾਂ ਹੋਇਆ ਸੀ, 120 ਸਾਲ ਦਾ ਸਮਾਂ ਦਿੱਤਾ ਗਿਆ, 120 ਸਾਲ ਲੱਗੇ ਸੀ ਨੂਹ ਨੂੰ ਕਿਸ਼ਤੀ ਬਣਾਉਣ ਦੇ ਵਿੱਚ, ਤੇ ਉਹਨੇ ਪ੍ਰਚਾਰ ਕੀਤਾ ਤੋਬਾ ਕਰੋ, ਕਹਿੰਦਾ ਕਿਸ਼ਤੀ ਵਿੱਚ ਆ ਜਾਓ, ਕਹਿੰਦਾ ਆਪਣੇ ਗੁਨਾਹ ਪਾਪਾਂ ਨੂੰ ਮੰਨੋ, ਕਹਿੰਦਾ ਕਿਸ਼ਤੀ, ਲੇਕਿਨ ਲੋਕਾਂ ਨੇ ਉਹਦਾ ਠੱਠਾ ਉਡਾਇਆ, ਤੇ ਕੀ ਹੋਇਆ, ਉਸ ਸਮੇਂ ਦੇ ਹਜ਼ਾਰਾਂ ਕਰੋੜਾਂ ਜਿੰਨੇ ਵੀ ਲੋਕ ਸੀ ਪੂਰੇ ਸੰਸਾਰ ਵਿੱਚ, ਸਾਰੇ ਦੇ ਸਾਰੇ ਮਾਰੇ ਗਏ। ਕਿਉਂ, ਖੁਦਾ ਟਾਈਮ ਦਿੰਦਾ ਆ, ਲੇਕਿਨ ਬੰਦਾ ਕੀ ਕਰਦਾ ਆਪਣੇ ਘਮੰਡ ਵਿੱਚ, ਖੁਦਾ ਦੇ ਟਾਈਮ, ਜਿਹੜਾ ਟਾਈਮ ਖੁਦਾ ਦਾ ਆਇਆ ਉਹਨੂੰ ਗਵਾ ਲੈਂਦਾ, ਤੇ ਗਵਾਇਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਗਵਾਇਆ ਹੋਇਆ ਸਮਾਂ, ਗਵਾਈ ਹੋਈ ਚੀਜ਼ ਕਦੇ ਵਾਪਸ ਨਹੀਂ ਮਿਲਦੀ। ਸਮਾਂ ਇਹੋ ਜਿਹੀ ਚੀਜ਼ ਆ ਜਿਹਨੂੰ ਕੋਈ ਵੀ ਖਰਾਬ ਕਰਦੇ ਕਦੇ ਵਾਪਸ ਨਹੀਂ ਆਊਗਾ। ਨਬੀ ਨੇ ਕਿਹਾ, ਜਿਹੜੇ ਭਾਈ ਇਬ੍ਰਾਹਿਮ ਸੀ ਸਤਵੇਂ ਦੂਤ ਸੀ, ਉਹਨਾਂ ਨੇ ਚਰਚ ਵਿੱਚ ਖੜ ਕੇ ਕਿਹਾ ਆਪਣੇ, ਕਹਿੰਦੇ ਪ੍ਰਭੂ ਮੈਂ ਤੈਨੂੰ ਮਾਫ਼ੀ ਮੰਗਦਾ, ਕਹਿੰਦਾ ਮੈਂ ਆਪਣੇ ਸਮੇਂ ਨੂੰ, ਕਹਿੰਦਾ ਖਰਾਬ ਕੀਤਾ ਆ, ਬਹੁਤ ਸਮਾਂ ਮੈਂ ਆਪਣਾ ਸਮਾਂ ਖਰਾਬ ਕੀਤਾ, ਕਹਿੰਦਾ ਹੁਣ ਜਿਹੜਾ ਮੇਰਾ ਸਮਾਂ ਆ ਇਹਦੇ ਵਿੱਚ ਹੁਣ ਮੈਂ ਤੇਰੀ ਮਹਿਮਾ ਵਡਿਆਈ ਕਰਾਂ, ਹੋਰ ਕੁਛ ਨਾ ਕਰਾਂ। ਲੇਕਿਨ ਸਾਡੇ ਕੋਲ ਵੀ ਅੱਜ ਮੌਕਾ ਆ, ਜਿੰਨਾ ਸਮਾਂ ਅਸੀਂ ਖਰਾਬ ਕਰ ਚੁੱਕੇ ਹਾਂ ਕੋਈ ਗੱਲ ਨਹੀਂ, ਪਰਮੇਸ਼ੁਰ ਸਾਨੂੰ ਮਾਫ਼ ਕਰ ਦੂਗਾ, ਕੋਈ ਜਿਹੜਾ ਸਮਾਂ ਬੀਤ ਗਿਆ ਵਾਪਸ ਨਹੀਂ ਆਉਣਾ, ਲੇਕਿਨ ਜਿਹੜਾ ਸਮਾਂ ਸਾਡੇ ਕੋਲ ਅੱਜ ਬਚਿਆ ਉਹਨੂੰ ਖਰਾਬ ਨਾ ਕਰੀਏ। ਉਦੋਂ ਕੀ ਕਰੀਏ ਅਸੀਂ, ਵਚਨ ਦੀ ਅਣਆਗਿਆਕਾਰੀ ਨਾ ਕਰੀਏ, ਵਚਨ ਦੀ ਆਗਿਆਕਾਰੀ ਦੇ ਵਿੱਚ ਸਮਾਂ ਬਤੀਤ ਕਰੀਏ, ਤੇ ਵਚਨ ਦੀ ਆਗਿਆਕਾਰੀ ਉਹ ਆ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਜਿੰਨੇ ਹੁਕਮ ਆ ਸਾਰੇ ਹੀ ਮੰਨਣੇ ਪੈਣੇ ਆ। ਜੇ ਤੁਸੀਂ ਕਹੋਗੇ ਵੀ ਇਹ ਹੁਕਮ ਮੇਰੇ ਵਾਸਤੇ ਵਧੀਆ ਨਹੀਂ, ਮੈਂ ਨਹੀਂ ਮੰਨਣੇ, ਫਿਰ ਕੀ ਆ, ਪਰਮੇਸ਼ਵਰ ਦਾ ਤੁਹਾਡੇ ਵਿੱਚ ਕੋਈ ਹਿੱਸਾ ਨਹੀਂ ਹੈ, ਤੁਸੀਂ ਹਿੱਸੇਦਾਰ ਨਹੀਂ ਹੋ ਪਰਮੇਸ਼ਵਰ ਦੇ, ਸਵਰਗੀ ਰਾਜ ਦੇ। ਬਾਈਬਲ ਇਸ ਚੀਜ਼ ਨੂੰ ਸਾਫ਼ ਬਿਆਨ ਕਰਦੀ। ਇਸੇ ਤਰ੍ਹਾਂ ਕੀ ਹੋਇਆ, ਜਿਹੜੇ ਇਹ ਲੋਕ ਸੀ ਖੁਦਾ ਨੇ ਕੀ ਕੀਤਾ, ਆਪਣੇ ਸ਼ਹਿਰ ਨੂੰ ਸਾੜਤਾ। ਕਿਹਨਾਂ ਦੇ ਦੁਆਰਾ? ਇਹ ਲੋਕਾਂ ਦੇ ਦੁਆਰਾ, ਜਿਹੜਾ ਨਬੂਕਤ ਨਸਰ ਰਾਜੇ ਸੀ ਨੇ ਆਪਣੀ ਸੈਨਾ ਭੇਜੀ, ਸੈਨਾ ਨੇ ਕੀ ਕੀਤਾ, ਸਾਰੇ ਜਿੰਨੇ ਭਾਂਡੇ ਸੀ ਹੈਕਲ ਦੇ, ਜਿੰਨੇ ਭਾਂਡੇ ਸੀ ਜਿਹਦੇ ਵਿੱਚ ਉਹ ਉਪਾਸਨਾ ਕਰਦੇ ਸੀ ਖੁਦਾ ਦੀ, ਉਹ ਸਾਰੇ ਸਾਰੇ ਭ੍ਰਿਸ਼ਟ ਕਰਤੇ, ਉਹਨਾਂ ਨੇ ਸਾਰੇ ਚੱਕ ਕੇ ਕੀ ਲੈ ਗਏ, ਆਪਣੇ ਦੇਸ਼ ਵਿੱਚ ਲੈ ਕੇ ਚੱਕ ਕੇ। ਕੀ ਹੋਇਆ, ਖੁਦਾ ਨੇ ਆਪਣੇ ਦੇਸ਼ ਦਾ ਹੀ ਨਾਸ਼ ਕਰਤਾ। ਕੀ ਅੱਜ ਖੁਦਾ ਸਾਡਾ ਨਾਸ਼ ਨਹੀਂ ਕਰ ਸਕਦਾ? ਕਰ ਸਕਦਾ, ਜੇ ਅਸੀਂ ਵਚਨ 'ਚ ਨਹੀਂ ਚੱਲੋਗੇ ਸਾਡਾ ਵੀ ਨਾਸ਼ ਕਰ ਦੂਗਾ ਖੁਦਾ, ਲੇਕਿਨ ਜੇ ਅਸੀਂ ਤੋਬਾ ਕਰਾਂਗੇ ਤੇ ਅਸੀਂ ਬਚਾਏ ਜਾਵਾਂਗੇ। ਬਾਈਬਲ ਬਿਆਨ ਕਰਦੀ ਆ, ਉਸ ਸਮੇਂ ਜਿਹੜੇ ਇਸਰਾਇਲੀ ਲੋਕ ਸੀ, ਕਹਿੰਦੇ ਬੜੀ ਠਾੜ ਸੀਗੀ ਉਹਨਾਂ ਦੀ, ਬੜੀ ਠਾੜ ਸੀਗੀ, ਲੇਕਿਨ ਕੀ ਹੋਇਆ, ਗੁਲਾਮੀ ਵਿੱਚ ਪੈ ਗਈ। ਗੁਲਾਮੀ ਕਰਾਉਂਦੇ ਸੀ ਫਿਰ ਜਿਹੜੇ ਰਾਜਾ ਸੀਗਾ, ਗੁਲਾਮੀ ਕਰਾਉਂਦਾ ਸੀ, ਕਹਿੰਦਾ ਇੱਟਾਂ ਬਣਾਓ, ਆਹ ਕੰਮ ਕਰੋ, ਉਹਨਾਂ ਤੋਂ ਬਹੁਤ ਚੁਕਾਉਂਦਾ ਸੀ। ਇੱਕ ਸ਼ਾਹੀ ਬੰਦਾ ਇਹੋ ਜਿਹਾ ਕੰਮ ਕਰੇ ਕਿੰਨੀ ਤਕਲੀਫ ਹੋਊਗੀ, ਚਲੋ ਮੰਨੇ ਇੱਕ ਮਜ਼ਦੂਰ ਬੰਦਾ ਉਹ ਕੰਮ ਕਰਦਾ, ਉਹਨੂੰ ਆਦਤ ਪਈ, ਲੇਕਿਨ ਇੱਕ ਸ਼ਾਹੀ ਬੰਦਾ ਇਹੋ ਜਿਹੇ ਕੰਮ ਕਰੇ, ਇੱਕ ਰਾਜੇ ਦਾ ਬੇਟਾ ਇਹੋ ਜਿਹੇ ਕੰਮ ਕਰੇ, ਕਿੰਨੀ ਤਕਲੀਫ ਹੋਊਗੀ, ਕਿੰਨੀ ਤਕਲੀਫ 'ਚ ਉਹਨਾਂ ਨੇ ਜੀਵਨ ਬਤੀਤ ਕੀਤਾ। ਲੇਕਿਨ ਕੀ ਹੋਇਆ, 70 ਸਾਲ ਤੱਕ ਗੁਲਾਮ ਰਹੇ, 70 ਤੋਂ
75 साल तक वह लोग गुलाम रहे। फिर उन्होंने चीक मारी, तौबा की, कहते प्रभु कहते सानू बचा। फिर उन्होंने दिमाग च आया, उन्होंने मलाल होया अपनी गलती का, भी असी तो सारा कुछ खत्म कर लिया अपना, असी खुदा के वचन जो मानते असी गुलामी च ना जाते की होया। उन्होंने फिर रिपेंट किया, फिर उन्होंने तौबा की, मन फिराया, खुदा ने फिर आवाज न सुनिया। खुदा सुनता है, जे कोई बंदा डिग जाता गलती में, खुदा आवाज़ नूं सुनता है, वह छड़ता नहीं है। वह कहता तुसीं मन तां फिराओ, लेकिन लोग मन फिराउण नूं तैयार ही नहीं है। लोग मन नहीं फिराते, कहते इदां ही सारा कुछ हो जाए, बिना मन फिराओ तो वह लोग बचाए नहीं गए। लेकिन की होया जो मन फिराया तो की होया, एक नवा राजा होर उठा, नबूकदनेस्सर की जगह पर एक होर नवा राजा उठा, जिन्हें की किया सारे को याद करता, कहता जाओ अपने सारे भांडे अपने सारे बर्तन तुसी सारा कुछ लै जाओ। जे कोई पढ़ना है तो यिर्मयाह की पुस्तक पढ़ सकते हो, ये सारा कुछ इन्हों का पाप लिखा जो लोगों ने उस समय किया, क्यों लोग गुलामी च पे, अज लोग क्यों गुलामी च पै रहे हैं, इसे करके। कहिंदे जिहड़े गरीब बंदे सीगे उन्होंने उस देश नूं लुट्टण तों बाद साड़न तों बाद जिहड़े गरीब गरीब बंदे सीगे जिन्हां कोल कुछ नहीं सी उन्होंने छड़ गए, कहिंदे तुसीं देखभाल करो इस देश दी। जिहड़े अमीर बंदे सी उन्हां कोल पैसा सी सारे नूं लै गए बन गए, क्यों लै गए, क्योंकि खुदा ने उन्हां लोकां दा घमंड तोड़िया। अज भी खुदा घमंड तोड़ना जानता, जे कोई सोच रहा मेरे को बड़ी बरकत आ बड़ा पैसा आ, खुदा 5 मिनट नहीं लगाऊगा घमंड तोड़ दूगा, खुदा 5 मिनट च घमंड तोड़ दिंदा चंगे चंगे। इस करके खुदा कहिंदा हलीम बने रहो, जे प्रभु थानू बरकत दिंदा तो उहदी महिमा करो, उहदी वडियाई करो, झुके रहो। इहना सोचो बरकत मिल गई है तो प्रभु हुण मैं करूंगा गलत जीवन में, ताही तो संत पौलुस ने कहा है, कहिंदा कि असीं बार बार पाप करिए, कहिंदा जे तुहानू छुटकारा मिल गया तुहाडे ते दया हो गई है बरकत मिल गई, तुसीं कहोगे भी कोई गल नहीं असीं फिर पाप कर लवांगे कुछ नहीं होंदा, फिर माफ़ी मंग लवांगे, माफ़ी बार बार नहीं मिलदी। तुसीं बार बार पाप करी जाओ कोई गल नहीं, लेकिन माफ़ी नहीं मिलदी बार बार, पाप तुसीं कर सकदे हो बार बार, माफ़ी बार बार नहीं है, माफी कोई बार मिलती है। तो इस करके क्या अपने अपने गुनाह पापा ने माफी ने लई, तौबा करो, जिहड़ा तौबा करूगा वही बचाया जाऊगा। हुण बाइबल बयान करती है, कहिंदा प्रभु तो अलग रह के कहिंदा तुसीं कुछ नहीं कर सकते। जे कोई बंदा सोचता है भी मैं प्रभु तो अलग रह के मैं कुछ कर दूंगा, कुछ नहीं कर सकता बंदा प्रभु तो अलग रह के। ये वह काम आ जिहड़ा काम एक हथियार, मान लो एक बंदा योद्धा आ लड़ाई में जा रहा बिना हथियार तो जाए तो दुश्मन जाके ललकारे भी मैं तुहानू मार दूंगा मैं तुहानू वड सुटूंगा, वो उस बंदे वर्गा आ। जे तुसीं परमेश्वर तो बिना कोई काम करते हो ये वह काम आ बिना हथियार तो शैतान नूं ललकारना। जे तुसीं बिना हथियार तो शैतान नूं ललकारोगे या दुश्मन नूं ललकारोगे तो वह तुहानू मार देंगे। उन्होंने कहना तेरे को तो कुछ है ही नहीं, फोका ही फूका मारी जा रहा। कदे भी फोके काम नहीं सानू करने चाहिए, वचन तो बाहर की है जिहड़े भी काम आए फोके काम आ, इन्हां दा कोई महत्व नहीं आ, इन्हां दा कोई सिस्टम नहीं है कम्मां दा, ये की है व्यर्थ आ। सुलेमान ने कहा सब कुछ व्यर्थ, सब कुछ व्यर्थ, सब कुछ व्यर्थ आ, कहिंदा सब कुछ व्यर्थां दा व्यर्थ आ। कदे भी सानू व्यर्थ काम नहीं करने चाहिए, सानू रिपेंट करना चाहिए, सानू तौबा करनी चाहिए, सानू मन फिराना चाहिए आ, सानू पछताना चाहिए आ, ते अपने अपने गुनाह पापा नू मनना चाहिए। जिदा संत पौलुस ते सिलास जो जेल विच सीगे की होया, उन्होंने कोई गुनाह पाप नहीं किया सीगा, उन्होंने की किया आराधना की, जो आराधना की उन्होंने किसी हथियार सीगा, केड़ा हथियार सी, विश्वास का, जो विश्वास के हथियार ना प्रार्थना की तो जेल के फाटक टुट गए। तो इस तरह आ जे साडे विच दुख बीमारियां सब खत्म हो जाएगी। जिहड़ा दाऊद सीगा, दाऊद बाइबल बयान करदी बिना हथियार तो गया सीगा। हुण तुसीं कहोगे बिना हथियार तो दाऊद गया सी, दाऊद को केड़ा हथियार सीगा, दाऊद को विश्वास वाला हथियार सीगा। उसे विश्वास वाले हथियार के नाल दाऊद ने गोलियत नूं मारता, जिहड़ा कि पूरी सेना नूं ललकार रहा सीगा, इसराइल की सेना नूं, उन्हां नूं मारिया विश्वास के द्वारा। सैमसन ने किहदे द्वारा इन्ने लोगों नूं मारिया, सैमसन ने जो उन्हें पछतावा होया, सैमसन ने कहा प्रभु जी पछताया, रिपेंट किया, कहता प्रभु जी एक बार होर तेरा बल तेरा जोर मेरे में आवे, तो उन्हें अपने दोनों हथां दा थम्मां नूं खिंचिया, तो उदों की होया जिन्हें लोग थम्मां दे नीचे बैठे सी सारे ने सारे मारे गए। इस करके प्रभु कहिंदा मन फिराओ, मन फिराना छोटी गल नहीं आ। अज दा प्रचार जे कोई मनुख अपने अंदर लै जूगा, मैं गरंटी दिना जिन्हें यूट्यूब ते फेसबुक ते मैनू देख रहे आ, एक एक दे जीवन नूं खुदा बदलूगा। तुसी मन फिराओ, खुदा तुहाडे अंदर दी बीमारियां, तुहाडा विश्वास दाऊद दे विश्वास वर्गा होना चाहिदा, तुहाडा विश्वास यिर्मयाह दे विश्वास वर्गा होना चाहिदा, तुहाडा विश्वास मत्ती मरकुस लूका दे यूहन्ना दे विश्वास वर्गा होना चाहिए, ताड़ा विश्वास डैनियल दे विश्वास वर्गा होना चाहिए,
ਜਿੰਨੇ ਲੋਕ ਮੈਨੂੰ ਫੇਸਬੁੱਕ ਤੇ ਦੇਖ ਰਹੇ ਆ, ਮੈਂ ਵਿਸ਼ਵਾਸ ਕਰਦਾ ਤੁਹਾਡੀਆਂ ਬਿਮਾਰੀਆਂ, ਤੁਹਾਡੇ ਦੁੱਖ, ਤੁਹਾਡੀਆਂ ਮੁਸੀਬਤਾਂ ਤੁਹਾਡੇ ਵਿੱਚੋਂ ਚਲੇ ਜਾਣਗੀਆਂ। ਵਿਸ਼ਵਾਸ ਕਰੋ, ਤੋਬਾ ਕਰੋ, ਪ੍ਰਭੂ ਜੀ ਮੈਂ ਇਸ ਤੋਂ ਬਾਅਦ ਗਲਤ ਜੀਵਨ ਬਤੀਤ ਨਹੀਂ ਕਰੂੰਗਾ, ਗਲਤ ਜੀਵਨ ਬਤੀਤ ਨਹੀਂ ਕਰੂੰਗੀ। ਤੁਹਾਡੇ ਕੈਂਸਰ, ਤੁਹਾਡੀ ਟੀਬੀ, ਤੁਹਾਡਾ ਬਵਾਸੀਰ, ਤੁਹਾਡੇ ਸਿਰ ਦੀ ਦਰਦ, ਤੁਹਾਡੇ ਪੇਟ ਦੀ ਪ੍ਰੋਬਲਮ, ਤੁਹਾਡੇ ਹਾਰਟ ਦੀ ਪ੍ਰੋਬਲਮ, ਤੁਹਾਡਾ ਪੇਟ ਦਾ ਇਨਫੈਕਸ਼ਨ ਯੇਸ਼ੂ ਮਸੀਹ ਨਾਜ਼ਰੀ ਦੇ ਨਾਮ ਵਿੱਚ ਜਾ ਰਿਹਾ ਆ। ਵਿਸ਼ਵਾਸ ਕਰੋ, ਮੈਂ ਪ੍ਰਭੂ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਡਾਂਟਦਾ ਸਾਰੀ ਬਿਮਾਰੀਆਂ ਨੂੰ। ਸਾਰੇ ਵਿਸ਼ਵਾਸ ਕਰੋ, ਜਿੰਨੇ ਲੋਕ ਫੇਸਬੁੱਕ ਤੇ ਯੂਟਿਊਬ ਤੇ ਮੈਨੂੰ ਦੇਖ ਰਹੇ ਆ, ਵਿਸ਼ਵਾਸ ਕਰੋ, ਖੁਦਾਵੰਦ ਤੁਹਾਡੀ ਬਿਮਾਰੀਆਂ ਨੂੰ ਖਤਮ ਕਰਨ ਜਾ ਰਿਹਾ ਆ। ਤੁਹਾਡੇ ਵਿੱਚ ਕੋਈ ਬਿਮਾਰੀ, ਕੋਈ ਟੈਨਸ਼ਨ ਨਹੀਂ ਰਹੇਗੀ। ਆਪਣਾ ਜੀਵਨ ਪ੍ਰਭੂ ਯੇਸ਼ੂ ਮਸੀਹ ਨੂੰ ਸਮਰਪਿਤ ਕਰੋ, ਜੋ ਵਚਨ ਕਹਿੰਦਾ ਆ ਉਹਦੇ ਅਨੁਸਾਰ ਜੀਵਨ ਬਤੀਤ ਕਰੋ। ਲੇਕਿਨ ਉਸ ਤਰ੍ਹਾਂ ਜੀਵਨ ਬਤੀਤ ਨਾ ਕਰੋ ਜੋ ਪਰਮੇਸ਼ਵਰ ਦੇ ਵਚਨ ਤੋਂ ਬਾਹਰ ਆ। ਪ੍ਰਭੂ ਕੀ ਕਰਦਾ? ਪ੍ਰਭੂ ਕਹਿੰਦਾ ਮੇਰੇ ਵਚਨ ਨੂੰ ਆਪਣੇ ਹਿਰਦਿਆਂ ਦੀ ਪੱਟੀਆਂ ਤੇ ਲਿਖ, ਤੇ ਜੋ ਖੁਦਾ ਨੇ ਕਿਹਾ ਤੁਹਾਨੂੰ ਕਰਨਾ ਹੀ ਪਵੇਗਾ ਜੇ ਤੁਸੀਂ ਬਰਕਤਾਂ ਲੈਣੀਆਂ ਆ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇਵੇ। ਆਮੀਨ।